ਦੋਸਾਂਝਾਂ ਵਾਲਾ ਦਿਲਜੀਤ ਇਸ ਵੇਲੇ ਪੂਰੀ ਦੁਨੀਆ ਉੱਤੇ ਰਾਜ ਕਰ ਰਿਹਾ ਹੈ। ਸ਼ਨੀਵਾਰ ਰਾਤ ਮੁੰਬਈ ਵਿੱਚ ਦੋਸਾਂਝ ਦੇ ਕਾਨਸਰਟ ਨੇ ਬੀ ਟਾਊਨ ਨੂੰ ਝੂਮਣ ਲਗਾ ਦਿੱਤਾ। ਕਾਨਸਰਟ ਵਿੱਚ ਕ੍ਰਿਤੀ ਸੈਨਨ, ਵਰੁਣ ਧਵਨ, ਤਮੰਨਾ ਭਾਟੀਆ ਤੇ ਆਯੁਸ਼ਮਾਨ ਖੁਰਾਨਾ ਸਮੇਤ ਸਾਰੇ ਹੀ ਸਲੈਬਸ ਬੇਸਬਰੀ ਦੇ ਨਾਲ ਦਿਲਜੀਤ ਦੇ ਇਸ ਕਾਨਸਰਟ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਜਿੱਦਾਂ ਹੀ ਦਿਲਜੀਤ ਨੇ ਸਟੇਜ ਤੇ ਐਂਟਰੀ ਮਾਰੀ ਹਰ ਕੋਈ ਉਸਦਾ ਦੀਵਾਨਾ ਹੋ ਗਿਆ। ਉਸ ਤੋਂ ਬਾਅਦ ਬੈਕ ਟੂ ਬੈਕ ਗਾਣੇ ਗਾ ਕੇ ਦਿਲਜੀਤ ਨੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਦਿਲਜੀਤ ਦੋਸਾਂਝ ਜਿੱਥੇ ਵੀ ਕਾਨਸਰਟ ਲਈ ਜਾਂਦੇ ਨੇ ਉੱਥੇ ਉਹ ਪੰਜਾਬ, ਪੰਜਾਬੀਅਤ ਅਤੇ ਸਰਦਾਰੀ ਦਾ ਲੋਹਾ ਪੂਰੀ ਦੁਨੀਆ ਨੂੰ ਮਨਵਾਉਂਦੇ ਨੇ। ਜਿਹੜੇ ਦਿਲਜੀਤ ਨੂੰ ਕਹਿੰਦੇ ਸੀ ਸਰਦਾਰ ਕੁਝ ਨਹੀਂ ਕਰ ਸਕਦਾ, ਖਾਸ ਉਹਨਾਂ ਨੂੰ ਦੋਸਾਂਝਾਂ ਵਾਲੇ ਨੇ ਸਟੇਜ ਤੋਂ ਖਰੀਆਂ ਖਰੀਆਂ ਵੀ ਸੁਣਾਈਆਂ ਅਤੇ ਹਰ ਕੋਈ ਦਿਲਜੀਤ ਦੀ ਇਸ ਸਾਦਗੀ ਦਾ ਫੈਨ ਹੋ ਗਿਆ। ਪਤਾ ਕੀ ਗੱਲ ਹੈ, ਜਿਹੜੀ ਚੀਜ਼ ਤੋਂ ਰੋਕਦੇ ਆ ਨਾ, ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ, ਮੈਂ ਕਿਹਾ ਫਿਰ ਤਾਂ ਕਰਕੇ ਦਿਖਾਓ। ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ 'ਚ ਨਹੀਂ ਆ ਸਕਦਾ, ਮੈਂ ਕਿਹਾ ਮੈਂ ਤਾਂ ਕਰਕੇ ਦਿਖਾਓ। ਫਿਰ ਕਹਿੰਦੇ ਪੰਜਾਬੀ ਫਿਲਮਾਂ 'ਚ ਚਲ ਗਿਆ, ਬੰਬੇ ਨਹੀਂ ਜਾ ਸਕਦਾ, ਮੈਂ ਕਿਹਾ ਮੈਂ ਤਾਂ ਕਰਕੇ ਦਿਖਾਓ। ਫਿਰ ਕਹਿੰਦੇ ਬਾਹਰ ਅਰੀਨਾ ਸੋਲਡ ਆਊਟ ਨਹੀਂ ਹੋ ਸਕਦੇ, ਮੈਂ ਕਿਹਾ ਮੈਂ ਤਾਂ ਸਟੇਡੀਅਮ ਕਰਕੇ ਦਿਖਾਓ। ਦਿਲਜੀਤ ਭਾਵੇਂ ਕਿੰਨੇ ਵੱਡੇ ਮੁਕਾਮ ਤੇ ਪਹੁੰਚ ਗਏ ਨੇ ਪਰ ਹਾਲੇ ਵੀ ਉਹਨਾਂ ਦੇ ਪੈਰ ਧਰਤੀ ਉੱਤੇ ਨੇ। ਆਪਣੇ ਲਾਈਵ ਕਾਨਸਰਟ ਵਿੱਚ ਦਿਲਜੀਤ ਨੇ ਇੰਡੀਅਨ 'ਮਿਊਜ਼ਿਕ ਕੰਪਨੀਜ਼ ਨੂੰ ਭਾਰਤੀ ਆਰਟਿਸਟਾਂ ਨੂੰ ਪ੍ਰਮੋਟ ਕਰਨ ਦੀ ਵੀ ਖਾਸ ਅਪੀਲ ਕੀਤੀ ਹੈ। ਅੱਛਾ, ਅਸੀਂ ਜਦੋਂ ਬਾਹਰ ਜਾਂਦੇ ਹਾਂ ਸਾਡਾ ਜ਼ੋਰ ਲੱਗ ਜਾਂਦਾ ਪੂਰੇ ਦਾ ਪੂਰਾ, ਉਹ ਨਹੀਂ ਗਾਉਂਦੇ ਜਦ ਤੱਕ ਤੁਸੀਂ ਹਿੱਟ ਨਹੀਂ ਹੁੰਦੇ, ਉਹ ਨਹੀਂ ਗਾਉਂਦੇ ਤੁਹਾਨੂੰ, ਜਦ ਤੱਕ ਤੁਸੀਂ ਕਰਕੇ ਨਹੀਂ ਦਿਖਾਉਂਦੇ ਉਹ ਨਹੀਂ ਗਾਉਂਦੇ, ਸੋਰੀ ਬੋਂਬੇ ਤੁਹਾਨੂੰ ਸਮਝ ਨਹੀਂ ਆਉਣਾ, ਉਹ ਨਹੀਂ ਪਛਾਣਦੇ, ਉਹ ਨਹੀਂ ਪਹਿਚਾਣਦੇ ਆਪਕੋ, ਜਦ ਤੱਕ ਆਪ ਕਿਸੇ ਮੁਕਾਮ ਤੇ ਪਹੁੰਚ ਨਹੀਂ ਜਾਂਦੇ ਉਹ ਨਹੀਂ ਆਪਕੋ ਪਹਿਚਾਣਦੇ, ਉਹ ਇਹਦੇ ਨਾਲ ਸਪੋਰਟ ਨਹੀਂ ਕਰਦੇ। ਚਲੋ ਉਹਨਾਂ ਦੀ ਆਪਣੀ ਮਜ਼ਬੂਰੀ ਹੋ ਸਕਦੀ ਹੈ, ਉਹ ਦੋ ਹੀ ਵੱਡੀਆਂ ਕੰਪਨੀਆਂ ਹੋ ਸਕਦੀਆਂ, ਪਰ ਆਪਣੀਆਂ ਕੰਪਨੀਆਂ ਜਿਹੜੀਆਂ ਇੱਥੇ ਇੰਡੀਆ ਦੀਆਂ ਉਹਨਾਂ ਨੂੰ ਤਾਂ ਪਲੀਜ਼ ਸਪੋਰਟ ਕਰਨਾ ਚਾਹੀਦਾ, ਇੰਡੀਅਨ ਆਰਟਿਸਟ ਨੂੰ ਇੱਕੋ ਹੀ ਸਪੋਰਟ ਕਰਨਾ ਚਾਹੀਦਾ, ਇੱਕੋ ਹੀ ਬਹੁਤ ਬਹੁਤ ਪਿਆਰ। ਕਿਸੇ ਨੇ ਕੋਈ ਨਾ ਗੱਲ ਚੰਗੀ ਲੱਗੀ ਹੋਵੇ ਤਾਂ ਮਾਫ਼ੀ। ਅਤੇ ਆਪਣੇ ਇਸ ਸਾਦਗੀ ਅਤੇ ਅਦਾਵਾਂ ਕਰਕੇ ਦਿਲਜੀਤ ਦੋਸਾਂਝ ਸਾਰਿਆਂ ਦੇ ਦਿਲਾਂ ਉੱਤੇ ਰਾਜ ਕਰਦੇ ਨੇ ਅਤੇ ਪੰਜਾਬੀਆਂ ਦੀ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾ ਰਹੇ ਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।